ਇਹ ਆਕਾਸ਼ਵਾਨੀ ਜੰਮੂ ਹੈ ਉਨ ਤਸ ਪਵਨ ਵਰਮਾ ਕੋ ਲੱਖਾਂ ਖਬਰਾਂ ਸੁਨੋ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਆਖਿਆ ਜੇ ਹਰ ਇਨਸਾਨ ਕੀ ਆਪਣੇ ਜੀਵਨ ਚ ਸ਼ਾਂਤੀ ਕਰਨੇ ਤੇ ਖੁਸ਼ੀ ਕਰਨੇ ਜੀਨੇ ਦੀ ਕਲਾ ਸਿੱਖਣੀ ਚਾਹੀਦੀ ਉਹਨੇ ਆਖਿਆ ਜੇ ਲੋਕ ਭੌਤਿਕ ਸੁੱਖ ਦੇ ਪਿੱਛੇ ਦੌੜ ਦੇਣ ਤੇ ਸੋਚਦੇ ਨੇ ਜੇ ਸੁੱਖ ਦਾ ਮਤਲਬ ਸਿਰਫ ਭੌਤਿਕ ਸੁੱਖ ਗਿਆ ਹੈ ਉਹਨੇ ਆਖਿਆ ਜੇ ਹਰ ਇਨਸਾਨ ਅਸਲੀ ਸੁੱਖ ਉਸ ਲਈ ਹਾਸਲ ਕਰ ਸਕਦਾ ਹੈ ਜਿਸ ਲਈ ਉਹ ਆਪਣੀ ਭੌਤਿਕ ਇੱਛਾ ਦੀ ਸੀਮਿਤ ਕਰੀ ਲੈਂਦਾ ਹੈ ਤੇ ਬ੍ਰਹਮ ਕੁਮਾਰੀ ਪੂਰੀ ਦੁਨੀਆ ਚ ਲੋਕੇ ਕੀ ਉਹਦੇ ਜੀਵਨ ਦਾ ਮਕਸਦ ਉਹਦੇ ਜੀਵਨ ਦੇ ਉਦੇਸ਼ ਦਾ ਅਹਿਸਾਸ ਕਰਵਾਣੇ ਲਈ ਕੰਮ ਕਰਾ ਕਰਦੇ ਨੇ ਤੇ ਲੋਕਾਂ ਕੀ ਸ਼ਾਂਤੀ ਕਰਨੇ ਜੀਵਨ ਜੀਣੇ ਦੀ ਕਲਾ ਦੱਸਣੇ ਚ ਮਦਦ ਕਰਾ ਕਰ ਦੇਣ ਰਾਸ਼ਟਰਪਤੀਓ ਨੇ ਇਹ ਗੱਲ ਕੱਲ ਉੜੀਸ਼ਾ ਦੇ ਕਟਕ ਚ ਬ੍ਰਹਮ ਕੁਮਾਰੀ ਉੰਦੇ ਸਵਰਨ ਜਨਮ ਦਿਤੀ ਸਮਾਰੋਹ ਦੌਰਾਨ ਆਖੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਹੋਰੇ ਆਖਿਆ ਕਿ ਭਾਰਤ ਦੀ ਇਸ ਦੀ ਆਰਥਿਕ ਸਥਿਰਤਾ ਪੂਰਵ ਅਨੁਮਾਨਿਤ ਕਰ ਨੀਤੀ ਤੇ ਪਾਰਦਰਸ਼ੀ ਪ੍ਰਣਾਲੀ ਦੇ ਕਾਰਨ ਗੈ ਗੰਭੀਰਤਾ ਕੰਨੇ ਲਾਤਾ ਜਾ ਰਦਾ ਹੈ ਕੱਲ ਨਵੀਂ ਦਿੱਲੀ ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਚ ਪੰਡਿਤ ਹਿਰਦੇਨਾਥ ਕੁੰਜਰੂ ਮੈਮੋਰੀਅਲ ਲੈਕਚਰ 224 ਦਿਨ ਦੇ ਹੋਈ ਸ਼੍ਰੀਮਤੀ ਸੀਤਾਰਮਨ ਹੋਰੇ ਆਖਿਆ ਕਿ ਜੀ 20 ਤੇ ਸੰਯੁਕਤ ਰਾਸ਼ਟਰ ਸਮੇਤ ਵੈਸ਼ਵਿਕ ਮੰਚ ਭਾਰਤ ਦੇ ਸੁਧਾਰਾਂ ਲਈ ਆਲੂ ਪੜਤੇ ਆਂਦੇ ਆਰਦਨ ਜਿਹਦੇ ਕੰਨਾਂ ਸਾਰੇ ਲਈ ਇੱਕ ਬਿਹਤਰ 21ਵੀਂ ਸਦੀ ਦੇ ਨਿਰਮਾਣ ਚ ਮਦਦ ਹੋਗ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਜਿਨੇ ਭਾਰਤੀ ਪੈਲ ਕਾਦਮੀਏ ਚ ਜੀ 20 ਦੇ ਸਰਦੇਸ ਸ ਮੁਲਕੇ ਦੀ ਬਦਾ ਕਰਦੀ ਰੂਚੀ ਦੀ ਸਰਾਨਾ ਕਰਦੇ ਹੋਈ ਵਿੱਤ ਮੰਤਰੀ ਹੋ ਰਿਹਾ ਕਿਹਾ ਜੇ ਇਹਨੇ ਉਪਾਏ ਗੀ ਹੋਰ ਬਧਾਇਆ ਗਿਆ ਹੈ ਤੇ ਇਸ ਦਾ ਇਸਤੇਮਾਲ ਇੱਕ ਸਸ਼ਕਤ ਉਪਕਰਨ ਦੇ ਤੌਰ ਉਪਰ ਕੀਤਾ ਗਿਆ ਹੈ ਤਾਂ ਜੀ ਵਿਕਾਸ ਅਰ ਕੁਸੇ ਧੱਕਰ ਪੁੱਜੀ ਸਕਿਆ ਹੈ ਕੋਵਿਡ 19 ਤੇ ਹੋਰ ਆਰਥਿਕ ਮੰਦੀ ਦੇ ਖਿਲਾਫ ਪਾਰ ਦੀ ਸક્રિય ਕਾਰਵਾਈ ਦੀ ਸਲਾਹਨਾ ਕਰਦੇ ਹੋਏ ਉਹਨੇ ਆਖਿਆ ਜੇ ਦੇਸ਼ ਸਰਕਾਰ ਦੀ ਜਵਾਬਦੇਹੀ ਦੇ ਕਾਰਨ ਮੁਸ਼ਕਲ ਚੀਜ਼ੇ ਕਰਨੇ ਨਿਭੜਨੇ ਚ ਕਾਮਯਾਬ ਹੈ ਜਿਹੜੀ ਲੋਕਾਂ ਦੀ ਗੱਲ ਤੇ ਖਾਸ ਕਰੀ ਪ੍ਰਭਾਵਿਤ ਲੋਕਾਂ ਦੀ ਗੱਲ ਸੁਣਨੇ ਲਈ ਤਿਆਰ ਹੈ ਪਾਰ ਸਰਕਾਰ ਦੇ ਕਪੜਾ ਮੰਤਰਾਲੇ ਦੇ ਕੇਂਦਰੀ ਸਿਲਕ ਬੋਰਡ ਦੀ ਪਹਿਲ ਕਦਮੀ ਭਾਰਤੀ ਸਿਲਕ ਮਾਰਕ ਆਰਗੇਨਾਈਜੇਸ਼ਨ ਨੇ ਕਲ ਕਲਾ ਕੇਂਦਰ ਜੰਮੂ ਚ ਸਿਲਕ ਮਾਰਕ ਐਕਸਪੋ 2024 ਦੀ ਸ਼ੁਰੂਆਤ ਕੀਤੀ ਹੈ 8 ਮਾਰਚ 2024 ਤੱਕ ਚੱਲਣ ਵਾਲਾ ਐਕਸਪੋ ਬੱਦਲਾ 11:00 ਵਜੇ ਸ਼ਾਮ 8:00 ਵਜੇ ਤੱਕ ਸਾਰੇ ਲਈ ਖੁੱਲ੍ਹਾ ਰਹੇਗਾ ਇਸ ਐਕਸਪੋ ਚ ਪੂਰੇ ਭਾਰਤਾ ਮਾ ਸਿਲਕ ਮਾਰਕ ਦੇ ਅਧੀਨ ਯੂਜ਼ਰਸ ਆਸਿਆ ਲਾਗੇ ਦੇ ਤਕਰੀਬਨ 20 ਸਟਾਲ ਜਿਹੜੇ 8-10 ਰਾਜਾਂ ਕਰਨੇ ਸਬੰਧਿਤ ਨੇ ਤੇ ਤਕਰੀਬਨ ਰਾਸ਼ਟਰੀ ਬੁਨਾਈ ਦੇ ਸਮੂਹੇ ਦਾ ਪ੍ਰਤੀਨਿਧਿਤਵ ਕਰਦੇਨ ਸਿਲਕ ਮਾਰਕ ਐਕਸਪੋ 2024 ਜੰਮੂ ਦਾ ਉਦਘਾਟਨ ਜੰਮੂ ਕਸ਼ਮੀਰ ਸੈਰੀ ਕਲਚਰ ਡਿਵੈਲਪਮੈਂਟ ਮੈਕਮੇ ਦੇ ਡਾਇਰੈਕਟਰ ਇਜਾਜ਼ احمد ਭਟੋਨੇ ਕੀਤਾ ਜਿਹੜੇ ਬਿਜਲੀ ਜਨਰੇਟਰ ਆਪਣੀ ਸਰਪਲਸ ਬਿਜਲੀ ਦੀ ਪੇਸ਼ਕਸ਼ ਨਹੀਂ ਕਰਦੇ ਨ ਉਹ ਸ਼ਮਤਾ ਜਾਂ ਸਥਿਰ ਸ਼ੁਲਕ ਦਾ ਦਾਵਾ ਕਰਨ ਦੇ ਯੋਗ ਨਹੀਂ ਹੋ ਗਣ ਬਿਜਲੀ ਦੀ ਵਧਦੀ ਮੰਗ ਕੀ ਦਿਖਦੇ ਹੋਈ ਤੇ ਬਿਜਲੀ ਦੀ ਪ੍ਰਾਪਤ ਆਪੂਰਤੀ ਕੀ ਯਕੀਨੀ ਬਣਾਉਣ ਲਈ ਸਰਕਾਰ ਨੇ 2022 ਦੇ ਬਿਜਲੀ ਨਿਯਮ ਵਿੱਚ ਸਾਂਸ਼ੋਧਨ ਕੀਤਾ ਹੈ ਪਾਵਰ ਤੇ ਨਿਊ ਰੀਨਿਊਏਬਲ એનર્ਜੀ ਦੇ ਕੇਂਦਰੀ ਮੰਤਰੀ ਆਰਕੇ ਸਿੰਘ ਹੋਰੇ ਆਖਿਆ ਜੇ ਇਹਨਾਂ ਸੰਸ਼ੋਧਨੇ ਕਰਨੇ ਵਿਤਰਨ ਕੰਪਨੀ ਲਈ ਰਾਸ਼ਟਰੀ ਬਿਜਲੀ ਗ੍ਰਿਡ ਦੀ ਪੂੰਜੀ ਦੀ ਸੁਚਾਰੂ ਰੂਪੇ ਕਰਨੇ ਹੋਈ ਇਜਾਦ ਹਾਰਟੀਕਲਚਰ ਪਲੈਨਿੰਗ ਤੇ ਮਾਰਕੀਟਿੰਗ ਮੈਕਮੇ ਨੇ ਕੱਲ ਸੰਗਲਦਾਨ ਚ ਹੋਲਿਸਟਿਕ ਐਗਰੀਕਲਚਰ ਡਵੈਲਪਮੈਂਟ ਪ੍ਰੋਗਰਾਮ ਬਾਰੇ ਇੱਕ ਰੋਜ਼ਾ ਜਾਗਰੂਕਤਾ ਕੈਂਪ ਕੰਮ ਵਰਕਸ਼ਾਪ ਦਾ ਆਯੋਜਨ ਕੀਤਾ ਇਸ ਕਾਰਜਕ੍ਰਮ ਦਾ ਮੁੱਖ ਮਕਸਦ ਬਾਕਬਕ ਐਚ ਏ ਡੀ ਪੀ ਤੇ ਪੀ ਐਮ ਐਫ ਐਮ ਈ ਡੀ ਯੋਜਨਾਵਾਂ ਬਾਰੇ ਜਾਗਰੂਕਤਾ ਫੈਲਾਨਾ ਤੇ ਲੋਕਾਂ ਗੀ ਸਕਰੀਏ ਰੂਪ ਕੰਨੇ ਸ਼ਾਮਲ ਕਰਨੇ ਤੇ ਇਨਸਕੀ ਮੇਰਾں ਫਾਇਦੇ ਲੈਣੇ ਲਈ ਪ੍ਰੋਸਾਹਿਤ ਕਰਨਾ ਹਾ ਜੰਮੂ ਕਸ਼ਮੀਰ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਅਜੀਤ ਸਿੰਘ ਓਨੇਕਲ ਰਾਜ ਭਵਨ ਚ ਉਪ ਰਾਜਪਾਲ ਮਨੋਸੀਨਾਵ ਦੇ ਕਰਨ ਮੁਲਾਕਾਤ ਕੀਤੀ ਤੇ ਜ਼ਿਲ੍ਹਾ ਬਾਰਾਮੂਲਾ ਦੇ ਪਹਾੜੀ ਪੱਟੀ ਦੇ ਤਸੀਲ ਰੋਮਾ ਦੇ ਡਾਂਗੀਵਾਚਾ ਦੇ ਪਹਾੜੀ ਬੋਲਣ ਵਾਲੇ ਸਿੱਖ ਸਮੁਦਾਇ ਦੇ ਲੋਕਾਂ ਗੀ ਪਹਾੜੀ ਐਥਨਿਕ ਗਰੁੱਪ ਚ ਸ਼ਾਮਲ ਕਰਨੇ ਤੇ ਹੋਰ ਵੀ ਮੁੱਦੇ ਬਾਰੇ ਗੱਲਬਾਤ ਕੀਤੀ ਉਪ ਰਾਜਪਾਲ ਓਨੇ ਜੰਮੂ ਕਸ਼ਮੀਰ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਓਰੇਗੀ ਇਸ ਗੱਲਬਾਤ ਦੌਰਾਨ ਉਹਦੇ ਆਸਿਆ ਦੱਸੇਗੇ ਦੇ ਮੁੱਦੇ ਬਾਰੇ ਉੱਪਰ ਅਮਲ ਕਰਨ ਦਾ ਪ੍ਰੋਸਾ ਦਿੱਤਾ ਉਪ ਰਾਜਪਾਲ ਮਨੋਸਿਰੋਂ ਨੇ ਕੱਲ ਰਾਜਪਵਨ ਚ ਪ੍ਰੋਫੈਸਰ ਹਰੀ ਓਮ ਉਨ ਦੀ ਲਿਖੀ ਦੀ ਕਿਤਾਬ ਐਬ੍ਰੋਗੇਸ਼ਨ ਆਫ ਆਰਟੀਕਲ 370 ਸੁਪਰੀਮ ਕੋਰਟ ਲੈਂਡਮਾਰਕ ਜੱਜਮੈਂਟ ਦਾ ਵੀ ਮੋਚਨ ਕੀਤਾ ਉਪ ਰਾਜਪਾਲ ਓਨੇ ਲੇਖਕ ਦੀ ਉਨ ਦੀ ਇਸ ਕਿਤਾਬ ਆਸਤਾ ਮੁਬਾਰਕਬਾਦ ਵੀ ਦਿੱਤੀ ਇਹਦੇ ਕੰਨੇ ਗਏ ਖਬਰੇ ਦਾ ਬੁਲੇਟਿਨ ਸਮਾਪਤ ਹੋਆ